ਵਾਹਿਗੁਰੂ ਗੁਰੂ ਨਾਨਕ ਪਰਸ਼ੋਤਮ ਪਰਮ ਪਰਾਵਰ ਨਾਥ ਯੁਗਲ ਚਰਨ ਮਮ ਬੰਦਨਾ ਧਰ ਪਰ ਧਰ ਕਰ ਮਾਤ ਤਿੰਨ ਬੇਦੀਆਂ ਕੇ ਕੁੱਲ ਵਿਖੇ ਪ੍ਰਗਟੇ ਨਾਨਕ ਰਾਏ ਸਭ ਸਿੱਖਣ ਕੋ ਸੁਖ ਦਏ ਜਹਿ ਤਹਿ ਭਏ ਸਹਾਏ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਮ ਨਾ ਜਾਣੇ ਮੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਮ ਨਾ ਜਾਣੇ ਮੇਰਾ ਅੱਗੇ ਅਰਦਾਸ ਹਮਾਰੀ ਜੀਓ ਪਿੰਡ ਸਭ ਤੇਰਾ ਓ ਨਾਨਕ ਸਭ ਤੇਰੀ ਵਡਿਆਈ ਕੋਈ ਨਾਮ ਨਾ ਜਾਣੇ ਮੇਰਾ ਤੇਰੀ ਵਡਿਆਈ ਕੋਈ ਨਾਮ ਨਾ ਜਾਣੇ ਮੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਮ ਨਾ ਜਾਣੇ ਮੇਰਾ ਪਰਮ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਹਿਬ ਸਿੰਘ ਜੀ ਦੂਰੋਂ ਨੇੜਿਓਂ ਚੱਲ ਕੇ ਰਾਜਸਥਾਨ ਤੋਂ ਵੀ ਸੰਗਤ ਆਈ ਹੈ ਬਾਬਾ ਬਲਜੀਤ ਸਿੰਘ ਜੀ ਰਾਜਸਥਾਨ ਤੋਂ ਸੰਗਤ ਲੈ ਕੇ ਆਏ ਹੈ ਹਰਿਆਣੇ ਤੋਂ ਯੂਪੀ ਤੋਂ ਦੂਰੋਂ ਦੂਰੋਂ ਸੰਗਤਾਂ ਮਹਾਂਪੁਰਸ਼ਾਂ ਦੇ ਪਵਿੱਤਰ ਸਥਾਨ 'ਤੇ ਪਹੁੰਚ ਕੇ ਧੰਨ 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 ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਪਵਿੱਤਰ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਸਵੇਰ ਤੋਂ ਅਨੇਕਾਂ ਸਤਿਕਾਰਯੋਗ ਕੀਰਤਨੀਏ ਰਾਗੀ ਸਿੰਘਾਂ ਤੋਂ ਕਥਾਵਾਚਕ ਵਿਦਵਾਨਾਂ
ਗੁਰਮੁਖ ਪਿਆਰਿਆਂ ਤੋਂ ਮਹਾਂਪੁਰਸ਼ਾਂ ਤੋਂ ਅਤੇ ਭਾਈ ਗੁਰਪ੍ਰੀਤ ਸਿੰਘ ਜੀ ਰੰਧਾਵਾ ਜਿਹੜੇ ਮਾਰਤੰਡ ਵਿਦਵਾਨ ਸੰਤ ਬਾਬਾ ਹਰੀ ਸਿੰਘ ਜੀ ਰੰਧਾਵੇ ਵਾਲਿਆਂ ਦੇ ਫਰਿਆਂਦ, ਭਾਵੇਂ ਉਹ ਆਪ ਵੀ ਘੱਟ ਵਿਦਵਾਨ ਨਹੀਂ ਹਨ, ਪੰਥ ਦੀ ਮਹਾਨ ਹਸਤੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ 17ਵੀਂ ਅੰਸ਼ ਬੰਸ਼, ਬਾਬਾ ਸਰਬਜੋਤ ਸਿੰਘ ਜੀ ਬੇਦੀ, ਜਿਨ੍ਹਾਂ ਨੇ ਸਦਾ ਹੀ ਸਾਡੀ ਕੰਡ ਥਾਪੜੀ ਹੈ, ਪੰਥ ਦੀ ਸਰਮੋਰ ਹਸਤੀ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਜੀ, ਉਹਨਾਂ ਨੇ ਆਉਣਾ ਸੀ, ਸਾਰਾ ਪ੍ਰੋਗਰਾਮ ਉਹਨਾਂ ਦੇ ਕਹੇ ਅਨੁਸਾਰ ਲਿਖਿਆ ਗਿਆ ਸੀ, ਪਰ ਉਹਨਾਂ ਦੀਆਂ ਪੰਥਕ ਜ਼ਿੰਮੇਵਾਰੀਆਂ ਬਹੁਤ ਵੱਡੀਆਂ ਹਨ, ਬਹੁਤ ਵੱਡੇ ਉਹਨਾਂ ਨੇ ਪੰਥ ਦੇ ਕਾਰਜ ਕੀਤੇ ਹਨ ਅਤੇ ਕਰਨੇ ਹਨ ਅਜੇ। ਸਤਿਕਾਰਯੋਗ ਬਾਬਾ ਇੰਦਰ ਸਿੰਘ ਜੀ ਕਾਰ ਸੇਵਾ ਵਾਲੇ ਜਥੇਦਾਰ ਸੰਤ ਬਾਬਾ ਅਮਰੀਕ ਸਿੰਘ ਜੀ ਮਹਾਰਾਜ, ਜਿਹੜੇ ਆਪਣੀ ਮਿਸਾਲ ਆਪ ਨੇ, ਬਾਬਾ ਬੱਗਾ ਸਿੰਘ ਜੀ ਮੂਣਕ ਵਾਲੇ ਜਿਹੜੇ ਸੇਵਾ ਵਾਸਤੇ ਕਮਰ ਕੱਸਾ ਲਾਈ ਰੱਖਦੇ ਆ, ਹੋਰ ਬੜੇ ਗੁਰੂ ਘਰ ਦੇ ਸਤਿਕਾਰੇ ਪਿਆਰੇ ਮਹਾਂਪੁਰਸ਼, ਧਾਲੀਆਂ ਵਾਲੇ ਮਹਾਂਪੁਰਸ਼ਾਂ ਨੇ ਹਾਜ਼ਰੀ ਲਵਾਈ ਹੈ, ਬਾਬਾ ਅਮਰੀਕ ਸਿੰਘ ਜੀ, ਭਾਨਰੀ ਵਾਲੇ ਜਥਾ ਤਾਂ ਮਹਾਂਪੁਰਸ਼ ਆਪਣਾ ਜਥਾ ਹੀ ਕਿਹਾ ਕਰਦੇ ਸੀ, ਭਾਵੇਂ ਆਪਣੇ ਜਥੇ ਤਾਂ ਅਜੇ ਸਟੇਜ 'ਤੇ ਕਾਫੀ ਬੈਠੇ ਨੇ, ਜੇ 10-10 ਮਿੰਟ ਇਹਨਾਂ ਨੂੰ ਟਾਈਮ ਦੇ ਦੀ ਸ਼ਾਮ ਪੈ ਜਾਏਗੀ। ਬਾਬਾ ਵਿਸਾਖਾ ਸਿੰਘ ਜੀ, ਬਾਬਾ ਨਾਮਦੇਵ ਸਿੰਘ ਜੀ, ਬਾਬਾ ਹਾਕਮ ਸਿੰਘ ਜੀ, ਬਾਬਾ ਸੰਤੋਖ ਸਿੰਘ ਜੀ, ਬਾਬਾ ਅੰਗਰੇਜ਼ ਸਿੰਘ ਜੀ, ਇਹ ਸਭ ਇੱਕ ਦੋ ਇੱਕ ਝੜਨਦੀਆਂ ਨੇ, ਘੱਟ ਕੋਈ ਨਹੀਂ ਇਹਨਾਂ 'ਚ। ਬਾਬਾ ਗੁਰਸੇਵਕ ਸਿੰਘ ਜੀ ਕਹਿੰਦੇ ਮੇਰੀ ਭਾਵੇਂ ਸਟੇਜ ਦੀ ਡਿਊਟੀ ਹਾਜ਼ਰੀ ਤਾਂ ਮੈਂ ਵੀ ਲਾ ਹੀ ਸਕਦਾ। ਸੋ ਆਓ, ਭਾਵੇਂ ਪੂਰਨਮਾਸ਼ੀ 3 ਵਜੇ ਸਮਾਪਤੀ ਹੁੰਦੀ ਹੈ, ਭਾਈ ਜੋਗਾ ਸਿੰਘ ਜੀ ਵੀ ਪਹੁੰਚ ਗਏ, ਕਹਿੰਦੇ ਸਾਡੀ ਵੀ ਹਾਜ਼ਰੀ ਲਾਉਣਗੇ, ਆ ਕੇ ਸੰਗਤ ਦਾ ਧੰਨਵਾਦ ਕਰਨਗੇ। ਸੰਗਤਾਂ ਨੇ ਬਹੁਤ ਵਡਮੁੱਲੇ ਬਚਨ ਸੁਣਿਆ, ਕਿਉਂਕਿ ਅਕਾਲ ਪੁਰਖ ਪਰਮੇਸ਼ਰ ਨੇ ਆਪਣਾ ਨਾਂ ਨਾਨਕ ਆਪ ਰਖਾ ਕੇ ਸੰਸਾਰ 'ਤੇ ਆਏ ਸੀ। ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ। ਅਕਾਲ ਪੁਰਖ ਪਰਮੇਸ਼ਰ ਨੇ ਆਪਣਾ ਨਾਂ ਨਾਨਕ ਆਪ ਰੱਖਿਆ ਹੈ। ਆਪ ਨਰਾਇਣ ਕਲਾ ਧਾਰ ਜਗ ਮੈਂ ਪਰਵਰਿਓ। ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਸੰਸਾਰ 'ਤੇ ਆਉਣ ਤੋਂ ਪਹਿਲਾਂ ਧਰਤੀ 'ਤੇ ਕਈ ਨਾਨਕ ਬਣੇ ਹੋਏ ਸੀ। ਪਹਿਲੀ ਉਹਨਾਂ ਨੇ ਭਵਿੱਖਤ ਪੁਰਾਣ 'ਚ ਪੜ੍ਹਿਆ ਕਿ ਕਲਯੁੱਗ ਦੇ ਵਿੱਚ ਅਕਾਲ ਪੁਰਖ ਪਰਮੇਸ਼ਰ ਦੇ ਗੁਰੂ ਨਾਨਕ ਦੇ ਰੂਪ 'ਚ ਪ੍ਰਗਟ ਹੋਣਗੇ। ਸੋ ਅਕਾਲ ਪੁਰਖ ਪਰਮੇਸ਼ਰ ਨੇ ਸੰਸਾਰ ਦੀ ਵਿਗੜੀ ਸਵਾਰਨ ਵਾਸਤੇ ਅਸੀਂ ਵਿੱਦਿਆ ਕਿਹੜੀ ਪੜ੍ਹਨੀ ਹੈ, ਜਾਲ ਮੋਹ ਘਸ ਮਸ ਕਰ ਮਤ ਕਾਗਦ ਕਰ ਸਾਰ, ਪਾਉ ਕਲਮ ਕਰ ਚਿੱਤ ਲਿਖਾਰੀ ਗੁਰਪੁਛ ਲਿਖ ਵਿਚਾਰ। ਅਸੀਂ ਖੇਤੀ ਕਿਹੜੀ ਕਰਨੀ ਹੈ, ਮਨ ਹਾਲੀ ਕਿਰਸਾਣੀ ਕਰਨੀ, ਇਹ ਨਹੀਂ ਆਖਿਆ ਬਾਹਰਲੀ ਬੰਦ ਕਰ ਦੇਣੀ ਹੈ, ਬਾਹਰਲੀ ਵੀ ਕਰਨੀ ਹੈ ਅਤੇ ਅੰਦਰ ਦੀ ਖੇਤੀ ਵੀ ਕਰਨੀ ਹੈ। ਹੱਟੀ ਕਿਹੜੀ ਕਰਨੀ ਹੈ, ਵਣਜ ਕਰੋ ਵਣਜਾਰਿਓ ਵੱਖਰ ਲਿਹੋ ਸਮਾਲ,
तैसी वस्तव सही है जैसी निभ है नाल। सौदा किड़ा करना है दुनिया च, खरा सौदा किड़ा है। लोड़वंदा दी लोड़ पूरी करनी, वीर पिया दा लंगर चलाया संसार दे विच, जिन्ना चिर संसार हैगा चलदा रहेगा। तो गरीब नवाज सच्चे पातशाह ने हरदास वैद दी परछाए साडे मन दे रोगां दा इलाज दस्या। मोदी खाने की किरत करके सब कुछ परमेश्वर दा जान के तेरा तेरा कह के तोलिया। फिर बाबा गया बगदाद नू, बाहर जाए किया अस्थाना। अज हर गुरु घर विच कीर्तन दा आनंद माण दियां संगतां, पर एक परपकार गुरु नानक दे मरदा कीता साडे उत्ते। मरदाने नू रबाब क्यों दित्ती, भाई फरंदे तो लैके, क्योंकि इस देश दे विच कोई साज वजा नहीं सी सकदा। ते मरदाने नू रबाब दित्ती, मरदान्या रबाब वजा, वजाई किथे बगदाद विच, जिथे कानून सी कि पत्थर मार मार के मार दिओ जिहड़ा संगीत गाएगा। उत्थे जाके गुरु नानक ने रबाब क्यों मरदाने नू दित्ती, ते दसवें पातशाह ने रणजीत नगारा क्यों मड़िया। जिहड़ा औरंगजेब किसी नू ढोलकी नहीं सी वजाउण दिंदा, जोड़ी नहीं सी वजाउण दिंदा, धन कलगीधर पातशाह ने फिर रणजीत नगारे ते दूरी चोट मारी कि सानू किसे बादशाह दी कोई परवाह नहीं है। ये रबाब तो चली है मंजिल ते नगारे तक पहुंची है। सुआओ तारे गणे जात हैं ना तारे गनात हैं, उन्हां दे कीते पर उपकार। सिद्धांत दिता किरत करो, नाम जपो, वंड छको। सच्चे पातशाह महाराज ने चार उदासियां करके थां थां ते विचर के सिद्धां नूं, राजयां नूं, नवाबां नूं तीर्थां ते सांझा उपदेश दे के सीधे रस्ते पाया। सो भावें एक महीना रह गया शताब्दी च, 12 नवंबर दा अगला पूर्णमाशी दा दिहाड़ा है गुरु महाराज दा प्रकाश पुरब, पर प्रबंधकां नाल विचार वटांदरा करके एक महीना पहला तां रख्या गया कि उदों तां सब संगतां ने उदनों भी हीरां कत्तनियां मनाउणा है। ते संगतां ने फिर रल मिल के स्थान ते संत बाबा सुखदेव सिंह जी महाराज दे स्थान ते आपां सारे सेवादारां सेवा ही करनी है। किसी की प्योज की जायदाद नहीं है, किस दे नौ लगनी है। जिन्नी कुछ सेवा करेगा उन्ना कु उहदा नूं फल मिल जाणा, उहदा महत्व मिल जाणा है। सो आओ महापुरशां दे स्थान वलों, प्रबंधकां वलों सारियां संगतां दा धन्नवाद, आए सारे महापुरशां दा धन्नवाद, सारे कीर्तनीय गुरमुख प्यारे कथा वाचकां दा, जिन्हां संगतां ने तन मन धन करके सेवा दे लाहे लए ने। सब तो ज़्यादा धन्नवाद गुरु ग्रंथ साहिब महाराज दा, जिन्हां दी छत्र छाया हेठ सतसंग जी जिहड़े इत्थे आए ने, इत्थे कीर्तन दा आनंद माण रहे ने, जिहड़े देसां विदेशां विच बैठे ने उन्हां दी हाजरी भाई हरमीत सिंह जी मान अपनी सारी टीम नाल सोशल मीडिया राहीं देसां विदेशां विच प्रोग्राम संगतां दर्शन करा रहे ने, उन्हां दा भी धन्नवाद। सो समाप्ति दा समां है, गुरु स्तोत्र विच बोलो फिर अरदास हुक्मनामे। भाई जोगा सिंह जी हुक्मनामा साहिब तो बाद 2 मिनट
ਸੰਗਤਾਂ ਦਾ ਧੰਨਵਾਦ ਕਰਨਗੇ। ਉਪਰੰਤ ਬਾਬਾ ਗੁਰਸੇਵਕ ਸਿੰਘ ਜੀ ਅਗਲੇ ਮਹੀਨੇ ਦਾ ਪ੍ਰੋਗਰਾਮ ਸਾਰੀ ਸੰਗਤ ਨੂੰ ਬੇਨਤੀ ਕਰਨਗੇ। ਅਜੇ ਸਮਾਪਤੀ ਨਹੀਂ ਹੋਈ, ਜਿੱਥੇ ਤੁਸੀਂ 11 ਵਜੇ ਦੇ ਬੈਠੇ ਹੋ ਸਿਰਫ 5-7 ਮਿੰਟ ਹੋਰ ਸੱਚੇ ਪਾਤਸ਼ਾਹ ਨੂੰ ਵਿਦਾਇਗੀ ਦੇ ਕੇ ਸਤਿਕਾਰ ਨਾਲ ਲੰਗਰ ਛੱਕ ਕੇ ਖੁਸ਼ੀਆਂ ਲੈ ਕੇ ਫਿਰ ਆਪਣੇ ਘਰਾਂ ਨੂੰ ਚਾਲੇ ਪਾਉਣੇ ਹਨ। ਹੋਈਆਂ ਭੁੱਲਾਂ ਦੀ ਖਿਮਾ। ਕੱਲ੍ਹ ਵੀ ਅੰਮ੍ਰਿਤ ਸੰਚਾਰ ਸੀ ਬਲੀਆ ਨਗਲੀ ਬਿਜਨੌਰ, ਬਹੁਤ ਸੰਗਤ ਨੇ ਉੱਥੇ ਵੀ ਅੰਮ੍ਰਿਤ ਛਕਿਆ ਸੀ ਅਤੇ ਅੱਜ ਵੀ ਬਹੁਤ ਸਾਰੀ ਸੰਗਤ ਨੇ ਸਵੇਰੇ ਖੰਡੇ ਬਾਟੇ ਦਾ ਅੰਮ੍ਰਿਤ ਛਕਿਆ। ਉਹਨਾਂ ਦਾ ਵੀ ਉਹਨਾਂ ਨੂੰ ਲੱਖ ਲੱਖ ਵਧਾਈਆਂ ਮੁਬਾਰਕਾਂ ਜਿਹੜੇ ਅੱਜ ਗੁਰੂ ਕੇ ਜਹਾਜ਼ ਚੜ੍ਹੇ ਨੇ। ਸੋ ਬਾਬਾ ਅਮਰਦਾਸ ਜੀ ਅਮਰਜੀਤ ਸਿੰਘ ਜੀ ਕਹਿ ਰਹੇ ਸੀ ਕਿ ਜਿਹੜਾ ਗੁਰੂ ਨਾਲ ਜੋੜਦਾ ਕਿਸੇ ਨੂੰ ਪ੍ਰੇਰ ਕੇ ਉਹਦੇ ਉੱਤੇ ਗੁਰੂ ਦੀ ਵਿਸ਼ੇਸ਼ ਖੁਸ਼ੀ ਹੁੰਦੀ ਹੈ ਅਤੇ ਜਿਹੜਾ ਗੁਰੂ ਨਾਲ ਤੋੜਦਾ ਉਹ ਗੁਰੂ ਦੀ ਨਾਰਾਜ਼ਗੀ ਦਾ ਪਾਤਰ ਬਣਦਾ। ਸੋ ਆਪਾਂ ਆਪ ਜੁੜੀਏ ਅਤੇ ਹਰ ਇੱਕ ਸਿੱਖ ਦਾ ਫਰਜ਼ ਬਣਦਾ ਹੋਰ ਸੰਗਤਾਂ ਨੂੰ ਪ੍ਰੇਰਿਤ ਕਰਕੇ ਅੰਮ੍ਰਿਤ ਛਕਾਈਏ ਅਤੇ ਗੁਰੂ ਘਰ ਨਾਲ ਸੰਗਤ ਨਾਲ ਜੋੜੀਏ। ਇੰਨੀਆਂ ਕੁ ਬੇਨਤੀਆਂ ਪ੍ਰਵਾਨ, ਸਾਰੇ ਗੁਰੂ ਸਤੋਤਰ ਵਿੱਚ ਬੋਲੋ। ਧੰਨ ਹੈ ਧੰਨ ਹੈ ਧੰਨ ਹੈ ਗੁਰੂ ਨਾਨਕ ਸਾਹਿਬ, ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਅੰਗਦ ਸਾਹਿਬ ਜੀ, ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਅਮਰਦਾਸ ਜੀ, ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਰਾਮਦਾਸ ਜੀ, ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਅਰਜਨ ਦੇਵ ਸਾਹਿਬ, ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਹਰਗੋਬਿੰਦ ਸਾਹਿਬ, ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਸ੍ਰੀ ਹਰਿ ਰਾਇ ਸਾਹਿਬ, ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰ ਸ੍ਰੀ ਹਰਿ ਕ੍ਰਿਸ਼ਨ ਸਾਹਿਬ, ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਜੀ ਗੁਰ ਤੇਗ ਬਹਾਦਰ ਸਾਹਿਬ, ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਗੋਬਿੰਦ ਸਿੰਘ ਸਾਹਿਬ, ਧੰਨ ਹੈ
धन है धन है धन है गुरु ग्रंथ साहिब जी धन है धन है धन है जी तेरा पंथ खालसा धन है धन है धन है धन है तेरी साध संगत जी धन है सतनाम श्री वाहिगुरु बो सतनाम श्री वाहिगुरु बो वाहिगुरु 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 बो वाहिगुरु 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 बो वाहेगुरु बोल कदे नांडो वाहेगुरु बोल कदे नांडो सतनाम श्री वाहेगुरु बोल सतनाम श्री वाहेगुरु बोल सतनाम श्री वाहे गुरु साहिब जी ज्ञान ध्यान किछ कर्म ना जाना फार ना जाना तेरी सब ते बड़ा सतगुरु नानक जिन कल राखी मेरी सतनाम श्री वाहेगुरु साहिब जी सो रठा महला पांजे वहा गोर मेल प्रभु चेतारिया कार्य सब सवारिया मंदा को ना आलाए सब जय जयकारे सोनाए गोरे मिल प्रभु चेतारिया कार्य सब सहवारिया मंदा को ना आलाए सब जय जयकारे सुनाए संतो साची शरण सो आमी जी जंत सब हाथ तसके सो प्रभ अंतरे जमीरा कर्तव सब सवारे प्रभ अपना बिरद समारे
पतते पावन प्रवेनामा जन नानक सद कुर्बाना करतब सब सवारे प्रभु अपना बिरद समारे पतते पावन प्रवेनामा जन नानक सद कुर्बाना वाहिगुरु जी का खालसा वाहिगुरु जी की फतेह।